ਕਲੂਕਾਰਾ ਦਿਵਸ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਕੀਤੇ ਆਰੰਭ। ਪੁਲਿਸ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਚੱਪੇ ਚੱਪੇ ਦੀ। ਸਾਕਾ ਨੀਲਾ ਤਾਰਾ ਜੂਨ 1984 ਨੂੰ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਆਰੰਭਤਾ ਕੀਤੀ ਗਈ, ਜਿਸ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹੜੇ ਵਿਚਾਰ ਵਿਅਕਤ ਕੀਤੇ ਨੇ, ਸੁਣੋ ਜ਼ਰਾ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦਾ ਉਹ ਸਮਾਂ ਜਦੋਂ ਇਸ ਦੇਸ਼ ਦੇ ਵਿੱਚ ਜਿਹੜਾ ਆਜ਼ਾਦ ਹੋ ਚੁੱਕਾ ਸੀ, ਉਸ ਜੂਨ ਦੇ ਮਹੀਨੇ ਵਿੱਚ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਹ ਸ਼ਹੀਦੀ ਗੁਰਪੁਰਬ ਮਨਾ ਰਹੀ ਸੰਗਤ ਏ ਅੰਧਾ ਧੁੰਦ ਫਾਇਰਿੰਗ ਕਰਕੇ ਟੈਂਪਾਂ ਨਾਲ, ਤੋਪਾਂ ਨਾਲ, ਗੋਲੀਆਂ ਨਾਲ ਇੱਥੇ ਹਜ਼ਾਰਾਂ ਪ੍ਰਾਣੀਆਂ ਨੂੰ ਸ਼ਹੀਦ ਕੀਤਾ ਗਿਆ। ਔਰ ਉਸੇ ਸ਼ਹੀਦੀ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਖਾਲਸਾ, ਔਰ ਉਹਨਾਂ ਦੇ ਨਾਲ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਬਾਬਾ ਅਠਾਰਾ ਸਿੰਘ ਜੀ ਔਰ ਜਨਰਲ ਸ਼ਬੇਕ ਸਿੰਘ ਜੀ, ਉਹਨਾਂ ਨੇ ਜਿਹੜੇ ਤੋਪਾਂ ਅਤੇ ਟੈਂਕਾਂ ਦੇ ਨਾਲ ਚੜ੍ਹ ਕੇ ਆਏ ਸੀ, ਉਹਨਾਂ ਦਾ ਮੁਕਾਬਲਾ ਵੀ ਕੀਤਾ। ਔਰ ਮੁਕਾਬਲਾ ਕਰਕੇ ਸ਼ਹੀਦੀ ਪਾਉਣੀ, ਇਹ ਸਿੱਖਾਂ ਦਾ ਇੱਕ ਵਿਲੱਖਣ ਵਾਕਿਆ। ਆਮ ਮਨੁੱਖ ਮੌਤ ਤੋਂ ਡਰ ਕੇ ਦੌੜ ਜਾਂਦੇ ਜਾਂ ਲੁਕ ਜਾਂਦੇ ਆ, ਗੁਰੂ ਕਾ ਸਿੱਖ ਸਤਿਗੁਰੂ ਜੀ ਨੇ ਤਾਣ ਬਖਸ਼ਿਸ਼ ਕੀਤਾ, ਇੱਕ ਡਾਹ ਕੇ ਸ਼ਹੀਦੀ ਪਾਉਂਦਾ। ਔਰ ਉਹਨਾਂ ਮਹਾਨ ਸ਼ਹੀਦਾਂ ਨੇ ਇਸ ਧਰਤੀ 'ਤੇ ਆਪਣੀਆਂ ਸ਼ਹੀਦੀਆਂ ਪਾਈਆਂ। ਦੂਜੇ ਪਾਸੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਨੇ। ਇਸ ਮੌਕੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਗਦੀਪ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਨੇ ਕੀ ਕਿਹਾ, ਆਓ ਸੁਣਦੇ ਹਾਂ। ਸ਼੍ਰੀ ਧਾਮੀ ਜੀ ਨੇ ਬੇਨਤੀ ਕੀਤੀ ਹੈ, ਅਪੀਲ ਕੀਤੀ ਹੈ ਸਿੱਖ ਜਗਤ ਨੂੰ ਘੱਲੂਘਾਰਾ ਦਿਵਸ ਜਿਹੜਾ 6 ਤਰੀਕ ਨੂੰ ਮਨਾਉਣ ਦੀ, ਉਸ ਸੰਬੰਧ ਵਿੱਚ 6 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਮੈਂ ਸਮੁੱਚੀ ਸੰਗਤ ਨੂੰ ਇਹ ਬੇਨਤੀ ਕਰਦਾ ਵੀ ਸਿੱਖ ਕੌਮ ਦੇ ਵਿੱਚ ਇਹ ਜਿਹੜਾ ਦਿਹਾੜਾ ਹੈ, ਇਹਦੀ ਬਹੁਤ ਵੱਡੀ ਮਾਨਤਾ ਹੈ। ਮੈਂ ਸਮੁੱਚੇ ਸੰਗਤ ਨੂੰ ਅਪੀਲ ਕਰਦਾ ਵੀ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਨੇ ਉਹ ਪਾਏ ਜਾਣਗੇ, ਔਰ ਉਚੇਚੇ ਤੌਰ 'ਤੇ ਜ਼ਰੂਰ ਪਹੁੰਚੋ ਤਾਂ ਕਿ ਆਪਾਂ ਆਪਣਾ ਇਹ ਜਿਹੜਾ ਕੌਮ ਦੇ ਨਾਲ ਧੱਕਾ ਹੋਇਆ ਉਹਦੇ ਵਿੱਚ ਸ਼ਮੂਲੀਅਤ ਕਰੀਏ, ਔਰ ਸਰਕਾਰ ਨੂੰ ਇਹ ਦੱਸ ਸਕੀਏ ਵੀ ਕੌਮ ਹੈ ਜਿਹੜੀ ਇਹ ਇਕੱਠੀ ਹੈ। ਪਟਿਆਲੇ ਜ਼ਿਲ੍ਹੇ ਵਿੱਚ ਵੀ ਘੱਲੂਘਾਰੇ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਚੱਪੇ ਚੱਪੇ ਤੇ ਪੁਲਿਸ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ। ਆਉਣ ਜਾਣ ਵਾਲਿਆਂ ਦੀ ਚੈਕਿੰਗ ਪੁਲਿਸ ਦੀ ਵੱਖ ਵੱਖ ਟੁਕੜੀਆਂ ਕਰ ਰਹੀਆਂ ਨੇ। ਇਹ ਸਾਰੇ ਮਾਮਲੇ ਤੇ ਦੀਪਕ ਪਾਰਕ SSP ਪਟਿਆਲਾ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ, ਸੁਣੋ। ਸਿਕਿਉਰਿਟੀ ਪ੍ਰੋਗਰਾਮ ਜਾਰੀ ਕਰ ਦਿੱਤੇ ਗਏ ਨੇ, ਸ਼ਹਿਰ ਦੇ ਵੱਖ ਵੱਖ ਥਾਵਾਂ ਦੇ ਵਿੱਚ ਨਾਕੇ ਲਗਾਏ ਗਏ ਨੇ, ਸ਼ਹਿਰ ਤੋਂ ਇਲਾਵਾ ਇੰਟਰ ਸਟੇਟ ਅਤੇ ਇੰਟਰ ਬਾਰਡਰ ਨਾਕੇ ਵੀ ਲਗਾਏ ਗਏ ਨੇ, ਜਿਹੜੇ ਕਿ 24 ਘੰਟੇ ਚੱਲਦੇ ਨੇ। ਨਾਕੇ ਦੀ ਸੁਪਰਵਿਜ਼ਨ ਜਿਹੜੀ ਹੈਗੀ ਗੈਸਟਡ ਅਫਸਰ ਕਰ ਰਹੇ ਨੇ, ਨਾਕੇ 'ਤੇ SHOs ਅਤੇ ਬਾਕੀ ਥਾਣੇ ਦੀ ਫੋਰਸ ਵੀ ਹਾਜ਼ਰ ਕੀਤੀ ਗਈ ਹੈ। ਇਸ ਤੋਂ ਇਲਾਵਾ ਲਾਈਨ ਦੇ ਵਿੱਚ ਜਿਹੜੇ ਇੰਸਪੈਕਟਰ ਸਬ ਇੰਸਪੈਕਟਰ ਹੈਗੇ ਉਹ ਵੀ ਅਲਾਊਨ ਆਊਟ ਡਿਊਟੀਜ਼ ਦੇ ਵਿੱਚ ਡਿਪਲੋਏ ਕੀਤੇ ਗਏ ਨੇ। ਇਸ ਤੋਂ ਇਲਾਵਾ ITBP ਦੀ ਇੱਕ ਕੰਪਨੀ ਸਾਡੇ ਕੋਲ ਬਾਹਰੋਂ ਆਈ ਹੈ, ਜੋ ਕਿ ਅਸੀਂ ਰਿਲੀਜੀਅਸ ਪਲੇਸਿਸ ਦੀ ਸੁਰੱਖਿਆ ਲਈ ਡਿਪਲੋਏ ਕੀਤੀ ਹੈ। ਇਸ ਤੋਂ ਇਲਾਵਾ ਤਕਰੀਬਨ 150 ਬੰਦਾ ਸਾਨੂੰ ਬਾਹਰੋਂ ਮਿਲਿਆ, ਜਿਹਦੇ ਵਿੱਚ ਕਮਾਂਡੋ ਦਾ, ARP ਦਾ ਬੰਦਾ ਸ਼ਾਮਿਲ ਹੈ, ਜੋ ਵੀ ਇਸ ਪ੍ਰੋਗਰਾਮ ਦੇ ਵਿੱਚ 1500 ਮੁਲਾਜ਼ਮ ਸਾਡੀ ਲੋਕਲ ਪੁਲਿਸ ਦਾ, ਉਸ ਤੋਂ ਇਲਾਵਾ ਇਹ ਫੋਰਸ ਐਡੀਸ਼ਨਲ ਡਿਪਲੋਏ ਕੀਤੀ ਗਈ ਹੈ। ਇਸ ਤੋਂ ਇਲਾਵਾ ਨਵਾਂ ਉਪਰਾਲਾ ਅਸੀਂ ਇਹ ਕਰ ਰਹੇ ਹਾਂ ਐਤਕੀ ਕਿ ਜਿਹੜੀ PCR ਵਹੀਕਲਸ ਹੈਗੀ ਉਹਨਾਂ 'ਤੇ ਅਸੀਂ ਕੈਮਰੇ ਫਿੱਟ ਕਰਾ ਰਹੇ ਹਾਂ। ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ, ਇੱਕ PCR ਟਵੇਰਾ ਵਹੀਕਲ ਜਿਹੜੀ ਕਿ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਖੜ੍ਹੀ ਹੁੰਦੀ ਹੈ, ਉਹ 'ਤੇ ਪਾਇਲਟ ਅਸੀਂ ਸ਼ੁਰੂ ਕੀਤਾ ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਬਾਕੀ ਵੀ ਇੰਪਲੀਮੈਂਟ ਕਰਾ ਦਈਏ। ਇਸ ਤੋਂ ਇਲਾਵਾ ਲੋਅ ਐਂਡ ਆਰਡਰ ਦੇ ਵਿੱਚ ਜਿਹੜੇ ਲਾਈਵ ਕੈਮਰਾ ਫੁਟੇਜ ਦੀ ਲੋਡ ਹੁੰਦੀ ਹੈ, ਉਹਦੇ ਲਈ ਅਸੀਂ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ। ਉਸ ਇਨੀਸ਼ੀਏਟਿਵ ਦੇ ਵਿੱਚ ਇੱਕ ਪੋਰਟੇਬਲ ਕੈਮਰਾ ਅਸੀਂ ਬਣਾਏ ਹਾਂ, ਜੋ ਕਿ ਕਾਲੀ ਮਾਤਾ ਮੰਦਿਰ ਦੇ ਵਿੱਚ ਅਸੀਂ ਉਹਦੀ ਪਾਇਲਟ ਟ੍ਰਾਇਲ ਕਰਕੇ ਦੇਖ ਰਹੇ ਹਾਂ। ਚੜ੍ਹਦੀ ਕਲਾ ਟਾਈਮ TV ਬਿਊਰੋ ਰਿਪੋਰਟ।